ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਯਾਨੀ ਕਿ ਪੰਜ ਆਪ ਟੂਡੇ ਦੀ ਐਂਕਰ ਡੇਜ਼ੀ ਗੋਇਲ ਵੱਲੋਂ ਅਤੇ ਬਸ ਫਿਰ ਸੁਖਨਾ ਲੇਕ ਆਏ ਹੋਏ ਹਾਂ। ਬੋਟਿੰਗ ਨਾ ਹੋਵੇ ਇੱਦਾਂ ਹੋ ਨਹੀਂ ਸਕਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਯਾਰ ਇੱਕੋ ਹੀ ਤਾਂ ਥਾਂ ਹੈ ਫਿਰ ਜਿੱਥੇ ਬੋਟਿੰਗ ਹੁੰਦੀ ਹੈ। ਅਤੇ ਬੋਟਿੰਗ ਦੇ ਨਾਲ ਨਾਲ ਜੇ ਮੈਂ ਗੱਲ ਕਰਾਂ ਨਾ, ਹੁਣ ਤੁਸੀਂ ਬੋਂਬੇ ਅਤੇ ਗੋਆ ਦਾ ਨਜ਼ਾਰਾ ਵੀ ਇੱਥੇ ਲੈ ਸਕਦੇ ਹੋ ਕਿਉਂਕਿ ਹੁਣ ਤਾਂ ਇਹਨਾਂ ਨੇ ਕਰੂਜ਼ ਵੀ ਚਲਾਤਾ ਹੈ। ਅਤੇ ਬਸ ਫਿਰ ਆਓ ਚੱਲੀਏ ਉਹਨਾਂ ਤੋਂ ਜਿਹੜੇ ਕਰੂਜ਼ 'ਚ ਅਤੇ ਬੋਟਿੰਗ ਕਰਕੇ ਆ ਚੁੱਕੇ ਹੈ। ਸੋ ਜੀ ਇੱਧਰ ਇੱਕ ਛੋਟੀ ਜਿਹੀ ਬੱਚੀ ਅਤੇ ਨਾਲ ਤੁਸੀਂ ਕਿਆ ਲੱਗਦੇ ਹੋ ਜੀ ਇਹਨਾਂ ਦੇ ਭਈਆ? ਓਕੇ ਤੋ ਇਨਕੇ ਭਈਆ ਇਹ ਦੋਨੋਂ ਬੋਟਿੰਗ ਕਰਕੇ ਆਏ ਹੈ ਅਭੀ। ਸੋ ਬੀਬੀ ਵਾਚ ਯੋਰ ਨੇਮ? ਸੋਨਾਕਸ਼ੀ। ਸੋਨਾਕਸ਼ੀ ਸਰ ਆਪਕਾ ਨਾਮ? ਵਿਕਰਮ। ਓਕੇ ਵਿਕਰਮ, ਸੋਨਾਕਸ਼ੀ ਆਪਨੇ ਬੋਟਿੰਗ ਕਰੀ ਅਭੀ? ਯੈਸ। ਤੋ ਆਪਨੇ ਆਪਨੇ ਇਹਨਾਂ ਨੇ ਵੀ ਬੋਟ ਚਲਾਈ ਥੀ ਵੈਸੇ, ਤੋ ਆਪਕੋ ਬੋਟ ਚਲਾ ਕੇ ਕੈਸਾ ਲਗਾ? ਬਹੁਤ ਅੱਛਾ ਲਗਾ। ਬਹੁਤ ਅੱਛਾ ਲਗਾ। ਆਪ ਕਹਾਂ ਸੇ ਆਏ ਹੋ? ਜੰਮੂ। ਓਕੇ, ਜੰਮੂ ਤੋਂ ਜੀ ਸਿੱਧਾ ਇੱਧਰ ਸੁਖਨਾ ਲੇਕ 'ਚ ਬੋਟਿੰਗ ਕਰਨ ਆਏ ਹੋਏ ਆ ਇਹ ਲੋਕ। ਅਤੇ ਅੱਛਾ, ਤੋ ਫਿਰ ਔਰ ਕਿਆ, ਆਪਕੋ ਕੈਸਾ ਲਗਾ ਵੋ ਬੋਟਿੰਗ ਕਰਕੇ? ਬਹੁਤ ਅੱਛਾ ਲਗਾ। ਬਹੁਤ ਅੱਛਾ ਲਗਾ। ਤੋ ਸਰ ਆਪਕੋ ਕੈਸਾ ਲਗਾ? थैंक यू सो मच। यहाँ पे जो यहाँ का वेदर है, क्लाइमेट इज वेरी डिफरेंट, और यहाँ पे बोटिंग का बहुत अच्छा है, बहुत okay. अच्छा सिस्टम है। थोड़ा थक गए थे इस वजह से जल्दी कर लिया था। ठीक है ठीक है ओके, थैंक यू सो मच, थैंक यू, बाय बेबी बाय। मेनू लगता बड़े मजे लेते जा रहे हैं क्योंकि दूजी बोट विच तो आपां नूं पैडल भी मारने पैंदे जे इहदे विच बैठो ते बस। हाँ, सर्दियां दी धुप्प दा नज़ारा लो आराम नाल बह के। ਸੋ ਜੀ ਬਸ ਬੋਟਿੰਗ ਦੇ ਨਾਲ ਨਾਲ, ਮਿਊਜ਼ੀਅਮ ਦੇ ਨਾਲ ਨਾਲ, ਖਾਣ ਪੀਣ ਦੇ ਨਾਲ ਨਾਲ, ਇੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ। ਬੱਚਿਆਂ ਲਈ ਗੇਮਿੰਗ ਜ਼ੋਨ ਬਣਿਆ ਹੋਇਆ ਅਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਇਹੋ ਜਿਹੇ ਬੱਚੇ ਨਾਲ ਜਿਹੜਾ ਕਿ ਬਹੁਤ ਸਾਰੇ ਨਜ਼ਾਰੇ ਲੈ ਲਿਆ ਇੱਥੇ। ਹਾਏ, ਆਪਕਾ ਨਾਮ ਕਿਆ ਹੈ? ਸਾਇਰਵ। ਓਕੇ ਸਾਇਰਵ, ਆਪ ਕਹਾਂ ਸੇ ਆਏ ਹੋ? ਗੁੜਗਾਉਂ। ਗੁੜਗਾਉਂ ਤੋਂ ਬੱਚਾ ਇੱਥੇ ਖੇਡਣ ਆਇਆ ਹੋਇਆ। ਅੱਛਾ, ਤੋ ਸਾਇਰਵ ਆਪ ਕਿਆ ਕਰ ਰਹੇ ਹੋ ਅਭੀ, ਕਿਆ ਖੇਲ ਰਹੇ ਹੋ? ਟ੍ਰੈਂਪੋਲਿਨ ਪੇ ਮਜ਼ੇ ਕਰ ਰਹਾ ਹੂੰ। ਆਰੇ ਟ੍ਰੈਂਪੋਲਿਨ ਪੇ ਮਜ਼ੇ ਕਰ ਰਹਾ ਹੈ ਇਹ ਬੱਚਾ। ਅੱਛਾ, ਬਹੁਤ ਸਾਰਾ ਮਜ਼ਾ ਕਰ ਲਿਆ। ਅੱਛਾ ਓਕੇ, ਤੋ ਅਭੀ ਕਿਸਕੇ ਸਾਥ ਆਏ ਹੋ? ਆਪਣੀ ਦੀਦੀ ਕੇ ਸਾਥ। ਦੀਦੀ ਨਹੀਂ ਖੇਲ ਰਹੀ? ਹਾਂ, ਦੀਦੀ ਉੱਪਰ ਹੈ। ਅੱਛਾ, ਦੀਦੀ ਉੱਪਰ ਹੈ ਜੀ। ਦੀਦੀ ਵੀ ਵੇਖ ਲਓ ਫਿਰ ਤੁਸੀਂ, ਉਹ ਵੇਖੋ ਤਾਂ ਸਾਇਰਵ ਜੀ ਟ੍ਰੈਂਪੋਲਿਨ ਤੇ ਆਏ ਤੇ ਉਹ ਦੀਦੀ ਉੱਪਰ ਐਡਵੈਂਚਰ ਕਰ ਰਹੀ ਹੈ। ਤੋ ਓਕੇ ਸਾਇਰਵ, ਆਪਕੋ ਨਹੀਂ ਕਰਨਾ ਐਡਵੈਂਚਰ? ਅੱਛਾ, ਕਰਕੇ ਆ ਚੁੱਕਾ ਹੈ ਇਹ ਸਾਇਰਵ, ਤੋ ਦੇ ਆਰ ਹੈਵਿੰਗ ਲੋਟ ਮੋਰ ਫਨ। ਆਪਦੀ ਗੱਲ ਦੱਸਾਂ ਨਾ, ਮਤਲਬ ਇੱਥੇ ਆਉਣ ਦਾ ਇੱਕ ਅਲੱਗ ਹੀ ਨਜ਼ਾਰਾ ਜਿਹਾ ਹੈ। ਮਤਲਬ ਇੰਨੀ ਹਰਿਆਲੀ, ਸ਼ਾਂਤੀ, ਅਤੇ ਮਤਲਬ ਬੈਠ ਕੇ ਨਾ ਇੱਕ ਅਲੱਗ ਹੀ ਬੰਦਾ ਦੁਨੀਆ ਦੇ ਵਿੱਚ ਚਲਾ ਜਾਂਦਾ, ਸੀਰੀਅਸਲੀ। ਅਤੇ ਹਾਂ, ਮੇਰੇ ਘਰ ਵਿੱਚ ਨਾ ਯਾਰ ਧੁੱਪ ਜੀ ਨਹੀਂ ਆਉਂਦੀ। ਹੋਰ ਜੇ ਮੈਂ ਸਰਦੀਆਂ ਦੀ ਧੁੱਪ ਦੀ ਗੱਲ ਕਰਾਂ ਨਾ, ਇੱਥੇ ਬੈਠ ਕੇ ਧੁੱਪ ਸੇਕਣ ਦਾ ਅਲੱਗ ਹੀ ਮਜ਼ਾ ਹੈ ਇੱਕ। ਸੋ ਜੀ ਮਿਲਦੇ ਹਾਂ ਜੀ ਆਪਾਂ ਹੁਣ ਬਹੁਤ ਸਾਰੇ ਲੋਕਾਂ ਨਾਲ ਜਿਹੜੇ ਕਿ ਇੱਥੇ ਆਏ ਹੋਏ ਹੈ। ਮੈਨੂੰ ਲੱਗਦਾ ਕੁਝ ਕੁ ਤਾਂ ਮਸਤੀ ਮਾਰਨ ਆਏ ਹੋਏ ਅਤੇ ਕੁਝ ਜਮਾਂ ਹੀ ਸੁਸਤੀ ਖਿਲਾਰਨ ਆਏ ਹੋਏ ਹੈ। ਅਤੇ ਦੇਖਦੇ ਹਾਂ ਵੈਸੇ ਇਹੋ ਜਿਹੇ ਕਿਹੜੇ ਕਿਹੜੇ ਲੋਕ ਹੈ, ਬੜੇ ਸਾਰੇ ਲੋਕ ਇੱਥੇ ਬੈਠੇ ਹੈ ਅਤੇ ਕੀ ਕਰਨ ਆਏ ਹੋਏ ਹੈ ਇੱਥੇ। ਚਲੋ ਆਓ। ਹਾਏ ਮੈਮ। ਹਾਏ ਹਾਏ ਹਾਏ, ਆਮ ਫਰੋਮ ਪੰਜਾਬ ਟੂਡੇ ਚੈਨਲ। ਸੋ ਮਾਈ ਨੇਮ ਇਜ਼ ਡੇਜ਼ੀ। ਤੋ ਮਤਲਬ ਤੁਸੀਂ ਇੱਥੇ ਆਏ ਹੋਏ ਹੋ ਅੱਜ ਅਤੇ ਕੀ ਕਰਨ ਆਏ ਹੋ ਤੁਸੀਂ ਇੱਥੇ? ਮਤਲਬ ਬੜਾ ਮੈਨੂੰ ਲੱਗ ਰਿਹਾ ਫੰਕਸ਼ਨ, ਤੁਸੀਂ ਹੈ ਇੱਦਾਂ ਕੁਛ ਕੁਛ ਬਣਾ ਰਹੇ ਸੀ, ਕੀ ਕਰ ਰਹੇ ਸੀ ਤੁਸੀਂ? ਟਿਕਟੋਕ ਬਣਾ ਰਹੇ। ਅਰੇ ਯਾਰ, ਮਤਲਬ ਟਿਕਟੋਕ ਦਾ ਜ਼ਮਾਨਾ ਅਤੇ ਲੋਕ ਸੁਖਨਾ ਲੇਕ ਵੀ ਟਿਕਟੋਕ ਬਣਾਉਣ ਆਏ ਹੋਏ ਆ, ਜਾਂ ਫਿਰ ਕਿਹੜੇ ਗਾਣੇ ਦੀ ਟਿਕਟੋਕ ਬਣਾਈ ਹੈ? ਰਾਜਸਥਾਨੀ। ਆਪ ਦੋਨੋਂ ਵਿੱਚ ਕੋਈ ਰਾਜਸਥਾਨ 'ਚ ਹੈ? ਮੈਂ ਰਾਜਸਥਾਨ ਸੇ ਹੂੰ। ਔਰ ਕਹਾਂ ਸੇ ਹੋ ਆਪ? ਰਾਜਸਥਾਨ। ਰਾਜਸਥਾਨ ਜੈਪੁਰ, ਸੀਕਰ, ਝੁੰਝਨੂ। ਕਾਫੀ ਸਾਰੇ ਔਰ ਝੁੰਝਨੂ ਝੁੰਝਨੂ ਉਹ ਮੈਂ ਸਾਲਾ ਸਰ ਬਾਲਾ ਜੀ ਅਭੀ ਹੋ ਕੇ ਆਈ ਹਾਂ ਝੁੰਝਨੂ, ਵਹੀਂ ਪੇ ਆਣਾ। ਓਕੇ, ਤੋ ਆਪਕਾ ਨਾਮ ਕਿਆ ਹੈ? ਮੇਰਾ ਨਾਮ ਸੰਦੀਪ ਹੈ। ਓਕੇ, ਤੋ ਸੰਦੀਪ ਆਪ ਯਹਾਂ ਪੇ ਕਿਆ ਕਰਨੇ ਆਏ ਹੋ ਰਾਜਸਥਾਨ 'ਚ? ਯਹਾਂ ਪਰ ਤੋ ਸਪੈਸ਼ਲੀ ਮੈਂ ਘੁੰਮਨੇ ਆਇਆ ਹਾਂ, ਚੰਡੀਗੜ੍ਹ ਠੰਡ ਬਹੁਤ ਪਸੰਦ ਹੈ, ਇਸ ਲਈ। ਅੱਛਾ, ਤੋ ਰਾਜਸਥਾਨ ਮੇਂ ਗਰਮੀ ਬਹੁਤ ਹੋਤੀ ਹੈ। ਰਾਈਟ, ਓਕੇ, ਤੋ ਕੌਨ ਸੇ ਗਾਣੇ ਪੇ ਟਿਕਟੋਕ ਬਣਾਈ ਆਪਨੇ? ਹਮਨੇ ਇੱਕ ਸਿੱਕੀ ਦੀ ਲੂਗੜੀ ਕੇ ਗਾਣੇ ਪੇ ਬਣਾਈ ਹੈ। ਕੌਨ ਸਾ ਗਾਣਾ ਹੈ ਵੋ, ਥੋੜਾ ਸਾ ਸੁਣਾ ਦੇ ਹਮ ਆਪਣੇ ਆਡੀਅੰਸ ਕੋ। ਵੋ ਹੈ ਪੀਲੀ ਲੂਗੜੀ ਕਾ ਜਾਲਾ ਸੁਰੂ ਟਾਈਆ ਮੇਰਾ ਡੋਰ। ਇਤਨਾ ਹੀ ਥੋੜਾ ਬਹੁਤ ਆਦਾ। ਠੀਕ ਹੈ ਠੀਕ ਹੈ ਠੀਕ ਹੈ, ਤੋ ਬਨ ਚੁਕੀ ਆਪਕੀ ਟਿਕਟੋਕ। ਤੋ ਬੇਸਿਕਲੀ ਸੁਖਨਾ ਲੇਕ ਪੇ ਟਿਕਟੋਕ ਬਣਾਨੇ ਆਏ ਹੋ ਸਿਰਫ, ਐਸਾ ਕਿਉਂ? ਯਹਾਂ ਕਾ এনवायरमेंट ਬਹੁਤ ਅੱਛਾ ਹੈ। अच्छा, लाइट मुझे लगता है लाइट अच्छी आती होगी, है ना? सब साफ साफ दिखते हैं। ओके ओके, ठीक है, तो मजे आ रहे हैं बहुत। ठीक है चलो, नाइस मीटिंग यू। इच्छा ना यार, मैंने दो कुड़ियां जी वेख रही हैं, बड़ी इंपॉर्टेंट डिस्कशंस कर दिया हुई हैं, तो उन्होंने मिल दे हूँ। हाय हाय, आई एम डेजी फ्रॉम पंजाब टुडे सान। हाय। अरे वाह, ਤੁਸੀਂ ਸੁਖਨਾ ਲੇਕ ਆਏ ਹੋ ਤੇ ਇੰਪੋਰਟੈਂਟ ਡਿਸਕਸ਼ਨ ਜੀ ਕੁਝ ਕਰਦੇ ਲੱਗ ਰਹੇ ਸੀ, ਤੇ ਡਿਸਕਸ਼ਨ ਕਰਨ ਆਏ ਆ? ਨਹੀਂ ਨਹੀਂ ਨਹੀਂ, ਬਸ ਐਵੇਂ।
ਨਜ਼ਾਰੇ ਵੇਖਣ ਕੁੜੀਆਂ ਗਰਲਸ ਕਾਲਜ ਤੋਂ ਭੱਜ ਕੇ ਇੱਥੇ ਆਈਆਂ, ਮਤਲਬ ਤੁਹਾਨੂੰ ਡਰ ਡਰ ਨੀ ਲੱਗਦਾ ਵੀ ਤੁਹਾਡੇ ਘਰ ਦੇ ਵੀ ਵੇਖਣਗੇ? ਵੈਸੇ ਬੇਲਪੁਰੀ, ਮਤਲਬ ਜਦੋਂ ਮੈਂ ਆਉਂਦੀ ਹਾਂ ਨਾ ਸੁਖਨਾ ਲਈ, ਬੇਲਪੁਰੀ ਖਾਧੇ ਬਿਨਾਂ ਮੈਂ ਕਦੇ ਨੀ ਜਾਂਦੀ, ਸੋ ਟੇਸਟੀ। ਕੁਛ ਕਰਕੇ, ਬੋਟਿੰਗ ਕਰਕੇ, ਬਰਡ ਸੈਂਚੁਰੀ ਦੇਖ ਕੇ, ਮਿਊਜ਼ੀਅਮ ਦੇਖ ਕੇ, ਐਡਵੈਂਚਰ ਕਰਕੇ, ਟੈਂਪੋਲਿਨ ਤੇ ਮਜ਼ਾ ਕਰਕੇ, ਪੁਖਤਾ ਫਿਰ ਬੰਦੇ ਨੂੰ ਲੱਗਣੀ ਹੈ। ਤੇ ਹਾਂ, ਸੁਖਨਾ ਲੇਕ ਕੋਲ ਜੀ, ਫਿਰ ਖਾਣ ਪੀਣ ਤੇ ਰੈਸਟੋਰੈਂਟ ਤੋਂ ਲੈ ਕੇ ਨਾਰੀਅਲ ਪਾਣੀ ਤੋਂ ਲੈ ਕੇ ਮੋਮੋਸ ਤੋਂ ਲੈ ਕੇ ਸਟਰੀਟ ਫੂਡ ਤੱਕ ਸਭ ਕੁਛ। ਸੋ ਜੀ, ਮੈਂ ਤਾਂ ਹੁਣ ਬਹੁਤ ਥੱਕ ਚੁੱਕੀ ਹਾਂ ਇੰਨਾ ਘੁੰਮ ਕੇ, ਇੰਨੇ ਮਜ਼ੇ ਕਰਕੇ, ਅਤੇ ਬਸ ਫਿਰ ਤੁਸੀਂ ਸੁਖਨਾ ਲੇਕ ਦਾ ਮਜ਼ਾ ਮੇਰੀ ਵੀਡੀਓ ਵਿੱਚ ਹੀ ਲੈ ਲਿਓ। ਅਤੇ ਹਾਂ, ਇਹੋ ਜਿਹੇ ਮਜ਼ੇ ਹੋਰ ਲੈਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਪੰਜ ਆਪ ਟੂਡੇ। ਅਤੇ ਹਾਂ, ਇੱਕ ਕੁੜੀ ਵੀ ਤੁਹਾਨੂੰ ਲੱਭੇਗੀ ਜੀ ਇੰਸਟਾਗ੍ਰਾਮ, ਫੇਸਬੁੱਕ 'ਤੇ ਡੇਜ਼ੀ ਗੋਇਲ ਦੇ ਨਾਮ ਤੋਂ, ਇਟਸ DAIZY GOYAL। ਅਤੇ ਹਾਂਜੀ, ਮਿਲਦੇ ਰਹਾਂਗੇ ਉਦੋਂ ਤੱਕ, ਬਾਏ, ਚੈੱਕ ਕਰੂੰਗਾ।